ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਫਿਰ ਤੋਂ ਅਕਾਲ ਚੈਨਲ 843 ਸਕਾਈ 'ਤੇ ਸਾਡੇ ਸਾਰੇ ਸਰੋਤਿਆਂ ਦਾ ਫਿਰ ਤੋਂ ਸਵਾਗਤ ਹੈ ਜੀ। ਅਸੀਂ ਪੇਸ਼ ਮੈਂ ਅਮਰਦੀਪ ਕੌਰ ਆਪ ਜੀ ਦੇ ਅੱਗੇ ਫਿਰ ਤੋਂ ਪੇਸ਼ ਹੋਈ ਹਾਂ ਸਿੱਖ ਲੀਫ ਦੀ ਵੀਕਲੀ ਅਪਡੇਟ ਲੈ ਕੇ। ਅਤੇ ਅੱਜ ਮੇਰੇ ਨਾਲ ਪੈਨਲ ਦੇ ਵਿੱਚ ਸਭ ਤੋਂ ਪਹਿਲਾਂ ਮੇਰੇ ਨਾਲ ਵੀਰ ਜੀ ਬੈਠੇ, ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਬੈਂਸ। ਅਤੇ ਸਭ ਤੋਂ ਪਹਿਲਾਂ ਅੱਜ ਦੀ ਜੋ ਅਸੀਂ ਸ਼ੁਰੂਆਤ ਜੋ ਕਰ ਰਹੇ ਹਾਂ ਉਹ ਪ੍ਰੋਗਰਾਮ ਦੀ ਸ਼ੁਰੂਆਤੀ ਦੇ ਵਿੱਚ ਮੈਂ ਇੱਕ ਗੱਲ ਕਹਿਣੀ ਚਾਹੂੰਗੀ। ਸਭ ਤੋਂ ਪਹਿਲਾਂ ਮੈਂ ਮਾਫ਼ੀ ਮੰਗ ਲੈਂਦੀ ਹਾਂ, ਮੇਰਾ ਥੋੜ੍ਹਾ ਗਲਾ ਖਰਾਬ ਹੈਗਾ। ਇੱਥੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗੀ, ਜਦੋਂ ਗਲਾ ਖਰਾਬ ਤੋਂ ਗੱਲ ਚੱਲਦੀ ਹੈ ਨਾ ਕਿ ਇੱਥੇ ਸਰਦੀ ਦਾ ਮੌਸਮ ਸ਼ੁਰੂ ਹੋ ਰਿਹਾ, ਸਾਨੂੰ ਫਲੂ ਹੁੰਦੇ ਆ, ਕੁਛ ਨਾ ਕੁਛ ਬਿਮਾਰੀਆਂ, ਬਲਕਿ ਸਾਡੇ ਕੋਲ ਇੱਥੇ ਕਿੰਨੀਆਂ ਫੈਸਿਲਿਟੀਜ਼ ਨੇ, ਹੀਟਿੰਗ ਹੈ ਇੱਥੇ ਸਾਡੇ ਕੋਲ, ਫਿਰ ਸਾਡੇ ਕੋਲ ਦਵਾਈਆਂ ਅਵੇਲੇਬਲ ਨੇ, ਕੱਪੜੇ ਵਧੀਆ ਤੋਂ ਵਧੀਆ ਸਾਡੇ ਕੋਲ ਅਵੇਲੇਬਲ ਆ, ਗੱਡੀਆਂ ਦੇ ਵਿੱਚ ਹੀਟ ਲੱਗੀ ਹੈ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ। ਪਰ ਅਸੀਂ ਇੱਥੇ ਉਹਨਾਂ ਲਈ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ ਜਿਹੜੇ ਸਾਡੇ ਵੀਰ ਕਾਲ ਕੋਠੜੀਆਂ ਦੇ ਵਿੱਚ ਬੈਠੇ ਨੇ, ਗਰਮੀਆਂ ਦੇ ਵਿੱਚ ਉਹਨਾਂ ਕੋਲ ਕੋਈ ਹਵਾ ਦਾ ਸਾਧਨ ਨਹੀਂ ਅਤੇ ਸਰਦੀਆਂ ਦੇ ਵਿੱਚ ਕੋਈ ਹੀਟ ਦਾ ਸਾਧਨ ਨਹੀਂ। ਕੋਈ ਫਲੂ ਹੋਵੇ, ਕੁਛ ਹੋਵੇ, ਪਰ ਉਹਨਾਂ ਕੋਲ ਕੋਈ ਦਵਾਈ ਦਾ ਸਾਧਨ ਨਹੀਂ, ਕੋਈ ਕੰਬਲ ਦਾ ਸਾਧਨ ਨਹੀਂ, ਕੋਈ ਰਜਾਈ ਦਾ ਸਾਧਨ ਨਹੀਂ, ਕੋਈ ਕੱਪੜਿਆਂ ਦਾ ਸਾਧਨ ਨਹੀਂ, ਕੋਈ ਕੋਟੀ ਦਾ ਸਾਧਨ ਨਹੀਂ। ਸਾਡੀਆਂ, ਮੈਨੂੰ ਯਾਦ ਹੈ, ਸਾਡੀਆਂ ਮਾਵਾਂ ਸਾਡੇ ਲਈ ਕੋਟੀਆਂ ਬੁਣ ਬੁਣ ਕੇ ਨਾ ਸਟੋਕ ਭਰ ਕੇ ਰੱਖਦੀਆਂ ਸੀ ਕਿ ਸਰਦੀਆਂ 'ਚ ਬੱਚਿਆਂ ਦੇ ਕੰਮ ਆਉਣਗੀਆਂ। ਪਰ ਇਹ ਉਹ ਬੱਚੇ ਨੇ ਜਿਨ੍ਹਾਂ ਦੀਆਂ ਮਾਵਾਂ ਕੋਟੀਆਂ ਬੁਣ ਬੁਣ ਕੇ ਸੰਦੂਕਾਂ ਭਰ ਕੇ ਰੱਖ ਰਹੀਆਂ ਨੇ, ਪਰ ਉਹਨਾਂ ਬੱਚਿਆਂ ਨੂੰ ਕੋਟੀਆਂ ਪਾਣੀਆਂ ਨਸੀਬ ਨਹੀਂ ਹੋ ਰਹੀਆਂ। ਸੋ ਇੱਥੇ ਅਸੀਂ ਉਹਨਾਂ ਵੀਰਾਂ ਦੀ ਕਹਾਣੀਆਂ, ਉਹਨਾਂ ਦੀਆਂ ਮਾਤਾਵਾਂ ਦੀਆਂ ਕਹਾਣੀਆਂ ਦੇ ਵਿੱਚੋਂ ਇੱਕ ਕਹਾਣੀ ਅੱਜ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ, ਜਿਹੜੀ ਕਿ ਦਿਲ ਛੂਹਣ ਵਾਲੀ, ਦਿਲ ਕੰਬਾਉਣ ਵਾਲੀ ਇੱਕ ਕਹਾਣੀ ਹੈ। ਇਹ ਕਹਾਣੀ ਹੈਗੀ ਹੈ ਜੀ ਮਾਤਾ ਗੁਰਜੀਤ ਕੌਰ ਜੀ। ਬੜੀ ਹੀ ਇੱਕ ਦਰਦਨਾਕ ਕਹਾਣੀ ਹੈ, ਬੜੀ ਉਹਨਾਂ ਦੀ ਜਿਹੜੀ ਜ਼ਿੰਦਗੀ ਦਾ ਜੋ ਸਫ਼ਰ ਹੈ, ਉਹਨਾਂ ਦਾ ਜਿਹੜਾ ਲੰਘਿਆ, ਬੜਾ ਹੀ ਦਰਦਨਾਕ ਹੈ, ਜਿਹੜਾ ਕਿ ਸੁਣਨ ਨੂੰ, ਮਹਿਸੂਸ ਕਰਨ ਨੂੰ ਅਤੇ ਦੇਖਣ ਨੂੰ ਮਾਤਾ ਜੀ ਦੀਆਂ, ਉਹ ਆਪਣੇ ਆਪ ਹੀ ਸਾਡੀ ਜਿਹੜੀ ਅੰਦਰਲੀ ਰੂਹ ਹੈ ਉਹ ਕੰਬ ਉੱਠਦੀ ਹੈ ਕਿ ਵਾਕਈ ਇਹ ਜੋ ਵਾਪਰਿਆ ਮਾਤਾ ਦੇ ਨਾਲ, ਕਿ ਅਸੀਂ ਉਸ ਚੀਜ਼ ਨੂੰ ਹਜ਼ਮ ਵੀ ਕਰਨਾ ਸਾਡੇ ਲਈ ਔਖਾ ਹੋ ਜਾਂਦਾ ਕਿ ਵਾਕਈ ਇਸ ਮਾਤਾ ਨੇ ਇੰਨਾ ਕੁਛ ਸਿਹਾ। ਇਸ ਮਾਤਾ ਗੁਰਜੀਤ ਕੌਰ ਜੀ ਨੇ ਆਪਣੇ ਪਰਿਵਾਰ ਦੇ 6 ਜੀ ਕੌਮ ਦੇ ਲਈ ਵਾਰੇ ਨੇ, 6 ਜੀ, ਆਪਣਾ ਪਤੀ ਅਤੇ ਆਪਣੇ ਬੱਚਿਆਂ ਨੂੰ ਵਾਰਿਆ। ਸੋ ਉਹਨਾਂ ਦੀ ਜਿਹੜੀ ਅਸੀਂ ਦਰਦਨਾਕ ਕਹਾਣੀ ਲੈ ਕੇ ਆਪ ਜੀ ਦੇ ਅੱਗੇ ਪੇਸ਼ ਹੋਏ ਹਾਂ, ਉਹਨਾਂ ਮਾਤਾ ਦੇ ਅਸੀਂ ਦੁੱਖਾਂ ਨੂੰ ਘੱਟ ਨਹੀਂ ਕਰ ਸਕਦੇ ਜੋ ਉਹਨਾਂ ਨੇ ਸਿਹਾ ਆ, ਜੋ ਔਲਾਦ ਦਾ ਦੁੱਖ ਸਿਹਾ, ਜੋ ਪਤੀ ਨੂੰ, ਪਤੀ ਦੇ ਵਿਛੋੜੇ ਦਾ ਦੁੱਖ ਸਿਹਾ ਭਰ ਜਵਾਨੀ ਦੇ ਵਿੱਚ, ਉਹਨੂੰ ਅਸੀਂ ਨਹੀਂ ਕਰ ਸਕਦੇ ਕਦੀ ਵੀ ਦੂਰ, ਪਰ ਅਸੀਂ ਉਹਨਾਂ ਦੇ ਦੁੱਖਾਂ ਨੂੰ ਵੰਡਾ ਸਕਦੇ ਹਾਂ ਇੱਕ ਔਲਾਦ ਦੀ ਤਰ੍ਹਾਂ, ਇੱਕ ਭੈਣ ਭਰਾਵਾਂ ਦੀ ਤਰ੍ਹਾਂ, ਇੱਕ ਵੈਲ ਵਿਸ਼ਰ ਦੀ ਤਰ੍ਹਾਂ, ਜੋ ਵੀ ਸੋਚੋ ਸਾਡੀਆਂ ਅਰਦਾਸਾਂ ਦੇ ਵਿੱਚ, ਸਾਡੀਆਂ ਦੁਆਵਾਂ ਦੇ ਵਿੱਚ, ਕਿਸੇ ਵੀ ਤਰ੍ਹਾਂ ਨਾਲ ਅਸੀਂ ਉਹਨਾਂ ਨੂੰ ਸ਼ਾਮਿਲ ਕਰ ਸਕਦੇ ਹਾਂ, ਆ ਉਹਨਾਂ ਦਾ ਦੁੱਖ ਵੰਡਾਈਏ। ਸਭ ਤੋਂ ਪਹਿਲਾਂ ਮੈਂ ਵੀਰ ਜੀ ਦੇ ਨਾਲ ਗੱਲ ਕਰਨੀ ਚਾਹੂੰਗੀ ਕਿ ਸੰਖੇਪ ਦੇ ਵਿੱਚ ਵੀਰ ਜੀ ਉਹਨਾਂ ਦੇ ਬਾਰੇ ਥੋੜ੍ਹੀ ਜਾਣਕਾਰੀ ਦੇਣ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਅਮਰਦੀਪ ਨੇ ਦੱਸਿਆ ਹੈ ਵੀ ਇਹ ਕਹਾਣੀ ਨਹੀਂ ਹੈ, ਇਹ ਦੁੱਖਾਂ ਭਰੀ ਕਹਾਣੀ ਆ, ਜੋ ਕਿ ਅਸੀਂ ਇਹਦੇ ਜੇ ਪਿੱਛੇ ਜਾਂਦੇ ਹਾਂ ਤਾਂ 1984 ਦੇ ਵਿੱਚ ਜੋ ਸਿੱਖ ਕੌਮ ਦੇ ਉੱਤੇ ਅੱਤ ਦਾ ਕਹਿਰ ਵਰਤਿਆ, ਉਸ ਕਹਿਰ ਦੇ ਵਿੱਚ ਇਹ ਪਰਿਵਾਰ ਵੀ ਲਪੇਟ 'ਚ ਆਇਆ। ਭਾਈ ਮਾਤਾ ਗੁਰਜੀਤ ਕੌਰ ਦੇ ਜੋ ਘਰ ਵਾਲੇ ਸਨ, ਉਹਨਾਂ ਦਾ ਨਾਂ ਭਾਈ ਗੁਰਮੇਜ ਸਿੰਘ ਸਨ, ਉਹ ਸਨ ਜਰਨੈਲ ਸਿੰਘ ਪਿੰਡਾਣਿਆਂ ਦੇ ਕਾਫ਼ੀ ਨਜ਼ਦੀਕੀ ਸਨ, ਉਹਨਾਂ ਦੀ ਸੋਚ ਨੂੰ ਉਹ ਉੱਤੇ ਪਹਿਰਾ ਦਿੰਦੇ ਸਨ। ਔਰ ਹਰ ਮਹੀਨੇ ਦੀ ਤਰ੍ਹਾਂ ਜਿਵੇਂ ਸਿੱਖ ਦਾ ਅਰਦਾਸ 'ਚ ਆਪਾਂ ਕਰਦੇ ਹਾਂ ਵੀ ਦਰਸ਼ਨ ਇਸ਼ਨਾਨ ਲਈ ਅਰਦਾਸਾਂ ਬੇਨਤੀਆਂ ਕਰਦੇ ਹਾਂ, ਇਸੇ ਦੇ ਵਿੱਚ ਉਹ ਆਪਣਾ ਰੋਜ਼ਾਨਾ ਹਰ ਮਹੀਨੇ ਦੀ ਤਰ੍ਹਾਂ ਉਹ ਦਰਬਾਰ ਸਾਹਿਬ ਜਾਇਆ ਕਰਦੇ ਸਨ। ਅਤੇ ਇਸ ਵਾਰ ਉਹਨਾਂ ਦੇ ਨਾਲ ਉਹਨਾਂ ਦੀ ਵੱਡੀ ਬੇਟੀ ਜਸਵਿੰਦਰ ਕੌਰ ਵੀ ਦਰਸ਼ਨ ਕਰਨ ਗਈ ਜੂਨ 1984 ਦੇ ਇਸ ਮਹੀਨੇ ਵਿੱਚ। ਪਰ ਉੱਥੇ ਜੋ ਕਹਿਰ ਵਾਪਰਿਆ ਸਾਰੀ ਕੌਮ ਦੇ ਨਾਲ, ਸੰਗਤਾਂ ਨਾਲ ਜਿਹੜੀਆਂ ਵੀ ਉੱਥੇ ਸ਼ਹੀਦੀ ਗੁਰਪੁਰਬ ਦੇ, ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਗੁਰਪੁਰਬ 'ਤੇ ਇਕੱਠੀਆਂ ਹੋਈਆਂ ਸਨ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਿਹੱਥੇ ਸਿੰਘਾਂ ਨੂੰ, ਨਿਰਦੋਸ਼ ਸਿੰਘਾਂ ਸਿੰਘਣੀਆਂ ਨੂੰ, ਬੱਚਿਆਂ ਨੂੰ ਉੱਥੇ ਇੱਕ ਸ਼ਾਸ ਅਧੀਨ ਜੋ ਸ਼ਹੀਦ ਕਰ ਦਿੱਤਾ ਗਿਆ, ਉਹਦੇ ਵਿੱਚ ਭਾਈ ਗੁਰਮੇਜ ਸਿੰਘ ਅਤੇ ਉਹਨਾਂ ਦੀ ਵੱਡੀ ਬੇਟੀ ਜਸਵਿੰਦਰ ਕੌਰ ਵੀ ਸ਼ਹੀਦੀ ਪਾ ਗਏ। ਪਰ ਇਹ ਕਹਿਰ ਦਾ ਜੋ ਸਿਲਸਿਲਾ ਆ ਉੱਥੋਂ ਸ਼ੁਰੂ ਹੁੰਦਾ ਆ, ਪਰ ਇਹ ਖਤਮ ਨਹੀਂ ਹੁੰਦਾ ਇੱਥੇ ਜੀ। ਮੈਂ ਉਹੀ ਕਹਿਣ ਲੱਗੀ ਸੀ ਕਿ ਇਹ ਸਿਰਫ ਇੱਕ ਉਹਨਾਂ ਦੀ ਸ਼ੁਰੂਆਤ ਹੈ, ਇਹ ਇੱਕ ਸ਼ੁਰੂਆਤੀ ਸੀ ਕਿ ਉਹਨਾਂ ਦੀ ਜਿਹੜੀ ਸੰਘਰਸ਼ ਦੀ, ਜੋ ਮਾਤਾ ਜੀ ਦੀ ਇੱਕ
ਦੁੱਖਾਂ ਭਰੀ ਜੋ ਕਹਾਣੀ ਹੈ ਜੋ ਸ਼ੁਰੂਆਤ ਹੋਈ ਹੈ ਉਹ ਸਿਰਫ ਇੱਥੋਂ ਹੀ ਸ਼ੁਰੂਆਤ ਹੋਈ ਹੈ ਅਤੇ ਜਿੱਥੇ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਪਤੀ ਨੂੰ ਉਹਨਾਂ ਤੋਂ ਵਿਛੋੜਾ ਹੋਇਆ ਫਿਰ ਸਭ ਤੋਂ ਵੱਡੀ ਜਿਹੜੀ ਉਹਨਾਂ ਦੀ ਔਲਾਦ ਸੀ ਉਹਨਾਂ ਦੀ ਬੇਟੀ ਬੇਟੀ ਨਾਲ ਸੀ ਉਹਨਾਂ ਦੇ ਜਦੋਂ ਦਰਬਾਰ ਸਾਹਿਬ ਮੱਥਾ ਜੀ ਟੇਕਣ ਗਏ ਨੇ ਤੇ ਉਹ ਵੀ ਉੱਥੇ ਸ਼ਹੀਦ ਹੋ ਗਿਆ, ਲੇਕਿਨ ਉਹਨਾਂ ਦੀਆਂ ਲਾਸ਼ਾਂ ਉਹਨਾਂ ਦੇ ਸੰਸਕਾਰ ਜੋ ਹੈ ਸੰਸਕਾਰ ਜੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਜੀ ਰਸਮਾਂ ਪੂਰੀਆਂ ਨਹੀਂ ਕਰ ਸਕੇ ਕਿਉਂਕਿ ਉਹਨਾਂ ਨੇ ਗਵਰਨਮੈਂਟ ਨੇ ਬਹੁਤ ਸਾਰੇ ਪਰਿਵਾਰਾਂ ਦੀਆਂ ਸਿੱਖਾਂ ਦੀਆਂ ਬੋਡੀਆਂ ਦਿੱਤੀਆਂ ਨਹੀਂ ਜੀ ਉਹਨਾਂ ਨੂੰ, ਇੱਧਰ ਉੱਧਰ ਉਹਨਾਂ ਨੇ ਜੋ ਖੁਰਦ ਬੁਰਦ ਕੀਤਾ, ਜੀ ਲੇਕਿਨ ਪਰਿਵਾਰ ਉਸ ਨਾਲ ਜੀ ਰਹੇ ਨੇ, ਨਾ ਉਹ ਜਿਉਂਦਿਆਂ 'ਚ ਨਾ ਕਹਿ ਲਓ ਮਰਿਆਂ 'ਚ ਜੀ ਕਹਿ ਲਓ, ਬਿਲਕੁਲ ਪਰ ਉਹਨਾਂ ਨੂੰ ਪਤਾ ਆ ਵੀ ਜਿਹੜੇ ਕਿਉਂਕਿ ਇੱਕ ਹੁੰਦਾ ਨਾ ਕਿ ਜਦੋਂ ਪਰਿਵਾਰ ਦਾ ਕੋਈ ਜੀਵ ਵਿਛੜਦਾ ਤੇ ਜਦੋਂ ਅਸੀਂ ਉਹਨਾਂ ਦੇ ਆਖਰੀ ਜੋ ਅਸੀਂ ਕਹਿੰਦੇ ਆ ਕਿ ਹਾਂਜੀ ਫਾਈਨਲ ਰਾਈਟਸ ਇੱਥੇ ਕਹਿ ਦਿੰਦੇ ਆ ਕਿ ਅਸੀਂ ਜੋ ਕਰਦੇ ਆ ਜੋ ਹਾਂਜੀ ਅੰਤਮ ਹਾਂਜੀ ਸੰਸਕਾਰ ਰਸਮ ਨੇ ਹੁੰਦੀ ਆ ਕਿ ਉਹਨਾਂ ਬੰਦੇ ਨੂੰ ਇੱਕ ਸਕੂਨ ਹੋ ਜਾਂਦਾ ਕਿ ਇੱਕ ਚਲੋ ਜੀ ਪਰਿਵਾਰ ਚਲਾ ਗਿਆ ਤੇ ਚਲੋ ਅਸੀਂ ਆਪਣੀ ਜਿਹੜੀ ਆਖਰੀ ਰਸਮ ਆ ਜੀ ਅਸੀਂ ਅਦਾ ਕਰਕੇ ਆਪਣੇ ਜੀ ਮਨ ਨੂੰ ਸਮਝਾ ਲੈਂਦੇ ਤਸੱਲੀ ਹਾਂ। ਹੋ ਜਾਂਦੀ ਹਾਂਜੀ ਹੈ ਕਿ ਹਾਂਜੀ ਅਸੀਂ ਇੱਕ ਉਹਨਾਂ ਦਾ ਜੋ ਅੰਤਿਮ ਜੋ ਰਸਮਾਂ ਨੇ ਉਹ ਪੂਰੀਆਂ ਹਾਂਜੀ ਕੀਤੀਆਂ ਹਾਂਜੀ ਤੇ ਖੈਰ ਚਲੋ ਵਧਦੇ ਆ ਅੱਗੇ ਵੀਰ ਜੀ ਤੁਸੀਂ ਉਸ ਤੋਂ ਬਾਅਦ ਜੀ ਜਦੋਂ ਇਹ ਭਾਣਾ ਵਰਤਦਾ ਆ ਤੇ ਇਹ ਜਿਵੇਂ ਆਪਾਂ ਨੂੰ ਪਤਾ ਆ ਵੀ 84 ਤੋਂ ਬਾਅਦ ਬਹੁਤ ਸਾਰੇ ਪਰਿਵਾਰ ਜਿਹੜੇ ਆ ਉਹ ਇਸ ਜਿਹੜੀ ਪੁਲਿਸ ਵੱਲੋਂ ਕਹਿ ਲਓ ਜਾਂ ਉੱਥੇ ਦੀਆਂ ਅਥਾਰਟੀਆਂ ਵੱਲੋਂ ਕਹਿ ਲਓ ਇੱਕ ਮੁਹਿੰਮ ਚਲਾਈ ਗਈ ਕਿ ਘਰਾਂ ਘਰਾਂ 'ਚੋਂ ਜਾ ਕੇ ਤਲਾਸ਼ੀਆਂ ਕਰਕੇ ਬੱਚੇ ਨੌਜਵਾਨ ਜਿਹੜੇ ਫੜ ਕੇ ਤੇ ਉਹਨਾਂ ਨੂੰ ਸ਼ਹੀਦੀ ਮੁਕਾਬਲੇ ਬਣਾਏ ਜਾਂਦੇ ਸਨ। ਇਸੇ ਤਹਿਤ ਇਹਨਾਂ ਦੇ ਘਰ ਵੀ ਰੇਡ ਹੋਇਆ ਜੀ ਅਤੇ ਹੋਰ ਤਾਂ ਕੁਛ ਮਿਲਿਆ ਨਹੀਂ, ਇੱਕ ਸੰਤ ਜਰਨੈਲ ਸਿੰਘ ਦੀ ਫੋਟੋ ਮਿਲ ਗਈ ਅਤੇ ਫੋਟੋ ਦਾ ਇੱਕ ਬਹਾਨਾ ਘੜ ਕੇ ਇਹਨਾਂ ਦੇ ਇੱਕ ਵੱਡਾ ਜੋ ਪੁੱਤਰ ਸੀ ਇਹਨਾਂ ਦਾ ਕਸ਼ਮੀਰ ਸਿੰਘ ਉਹਨੂੰ ਉਹ ਲੈ ਜਾਂਦੇ ਨੇ ਜੀ। ਮੇਰੇ ਖਿਆਲ 'ਚ ਉਦੋਂ ਭਿੰਡਰਾਂ ਵਾਲੇ ਸੰਤਾਂ ਦੀ ਜਿਹੜੀ ਸੰਤ ਜੀ ਦੀ ਜਿਹੜੀ ਫੋਟੋ ਰੱਖਣੀ ਉਹ ਕਾਨੂੰਨ ਜੁਰਮ ਮੰਨਿਆ ਜਾਂਦਾ ਉਹ ਸੀ। ਵੈਸੇ ਹੁਣ ਤਾਂ ਚਲੋ ਸਾਰੇ ਲਾਈ ਫਿਰਦੇ ਆ, ਜੀ ਅਸੀਂ ਹਰ ਘਰ ਦੇ ਵਿੱਚ ਫੋਟੋ ਅਤੇ ਹਰ ਘਰ ਦੇ ਵਿੱਚ ਹੀ ਉਹਨਾਂ ਦੀ ਆਵਾਜ਼ ਜੀ, ਆ, ਲੇਕਿਨ ਉਹ ਕਾਲੇ ਦੌਰ ਦੇ ਵਿੱਚ ਜਾਣੀ ਕਿ ਉਹ ਫੋਟੋ ਰੱਖਣੀ ਵੀ ਇੱਕ ਜ਼ੁਲਮ ਸੀ ਜੀ। ਜਾਣੀ ਕਿ ਕੋਈ ਡਰਦਾ ਰੱਖਦਾ ਨਹੀਂ ਸੀ, ਪਰ ਜਿਹੜੇ ਉਹ ਸ਼ਰਧਾਵਾਨ ਸਨ ਜਾਂ ਉਹਨਾਂ ਦੀ ਸੋਚ ਨਾਲ ਉਹ ਰੱਖਦੇ ਸਨ ਜੀ ਉਹ ਜ਼ਰੂਰ ਉਹਨਾਂ ਦਿਨਾਂ ਵਿੱਚ ਵੀ ਉਹਨਾਂ ਨੇ ਉਹ ਚੀਜ਼ ਨੂੰ ਜਾਰੀ ਰੱਖਿਆ ਹੈਗਾ। ਸੋ ਵੱਡਾ ਪੁੱਤਰ ਕਸ਼ਮੀਰ ਸਿੰਘ ਜੋ ਉਹਨਾਂ ਦਾ ਵੱਡਾ ਪੁੱਤਰ ਸੀ ਉਹਨੂੰ ਪੁਲਿਸ ਫੜ ਕੇ ਲੈ ਜਾਂਦੀ ਹੈ ਇਸ ਬਹਾਨੇ, ਲੇਕਿਨ ਪੁਲਿਸ ਥਾਣੇ ਜਾ ਕੇ ਇੰਨਾ ਕਹਿਰ ਕਰਦੀ ਆ, ਇੰਨਾ ਜ਼ੁਲਮ ਕਰਦੀ ਆ, ਉਹ ਸੱਦੇ ਦੇ ਅਧੀਨ ਉਹਨਾਂ ਦੀ ਮੌਤ ਹੋ ਜਾਂਦੀ ਆ ਜੀ। ਉਹ ਇੰਨੀ ਜਾਣੀ ਕਿ ਭਿਆਨਕ ਮੌਤ ਜਿਹੜੀ ਹੈਗੀ ਆ, ਸਰੀਰ ਦੇ ਕੋਈ ਉਹਨਾਂ ਦਾ ਬਚਿਆ ਨਹੀਂ ਸੀਗਾ ਅਤੇ ਉਹ ਸਰੀਰ ਨੂੰ ਬਜਾਏ ਕਿ ਪਰਿਵਾਰ ਨੂੰ ਸੱਦ ਕੇ ਆਇਡੈਂਟੀਫਿਕੇਸ਼ਨ ਕਰਾਉਂਦੇ ਜਾਂ ਉਹਨੂੰ ਹੈਂਡ ਓਵਰ ਕਰਦੇ, ਉਹਨਾਂ ਨੇ ਇੱਕ ਹੋਰ ਇੱਕ ਬੜੀ ਘਲੋਣੀ ਹਰਕਤ ਕੀਤੀ ਵੀ ਉਹ ਸਰੀਰ ਨੂੰ ਪਿੰਡ ਦੇ ਬਾਹਰ ਜਿਹੜੇ ਹੈਗਾ ਸੁੱਟ ਕੇ ਚਲੇ ਜਾਂਦੇ ਨੇ ਅਤੇ ਉਸ ਪਿੰਡ ਦੇ ਵਿੱਚ ਜਦੋਂ ਲੋਕ ਦੇਖਦੇ ਨੇ ਵੀ ਲਾਸ਼ ਪਈ ਆ ਤਾਂ ਤੁਸੀਂ ਸਾਰੇ ਅੰਦਾਜ਼ਾ ਲਾ ਸਕਦੇ ਹੋ ਵੀ ਪਿੰਡ ਦਾ ਮਾਹੌਲ ਲੋਕਾਂ ਦੇ ਵਿੱਚ ਕਿੰਨਾ ਸਹਿਮ ਅਤੇ ਦਹਿਸ਼ਤ ਜਿਹੜੀ ਹੈਗੀ ਆ ਉਹ ਅਸਰ ਕਰਦੀ ਹੈ ਚੀਜ਼ਾਂ ਦੀ। ਅਤੇ ਇੱਕ ਪਰਿਵਾਰ ਲਈ ਇੱਕ ਹੋਰ ਸਦਮਾ ਜਿੱਥੇ ਪਤੀ ਬੱਚੀ ਅਤੇ ਹੁਣ ਇੱਕ ਵੱਡਾ ਪੁੱਤਰ ਵੀ ਕਹਿ ਲਓ ਵੀ ਉਹ ਵੀ ਚਲਾ ਗਿਆ ਹੈਗਾ। ਸੋ ਮਾਤਾ ਗੁਰਜੀਤ ਕੌਰ ਲਈ ਇੱਕ ਹੋਰ ਸਮੱਸਿਆ ਖੜੀ ਹੋ ਜੀ, ਜਾਂਦੀ ਹੈ। ਤੁਸੀਂ ਆਪਾਂ ਸੋਚੀਏ ਕਿ ਉਸ ਔਰਤ ਦੇ ਉੱਤੇ ਕੀ ਬੀਤਦੀ ਹੋਏਗੀ। ਬਿਲਕੁਲ ਜੀ ਬਿਲਕੁਲ, ਇਹ ਪਰਿਵਾਰ ਵੀ ਦੇਖੋ ਬੜਾ ਤਕੜਾ ਸੀ, ਬੜਾ ਜਾਣੀ ਕਿ ਕਹਿ ਲਓ ਰਹਿਣ ਸਹਿਣ ਉਹਦਾ ਬੜਾ ਵਧੀਆ ਸੀ, ਮੱਝਾਂ ਗਾਵਾਂ ਸੀ ਉਹਨਾਂ ਦੇ ਜੀ। ਮੈਨੂੰ ਪੈਲੀ ਯਾਦ ਸੀਗੀ। ਹੈ ਜੇ ਸਟੋਰੀ ਦੇ ਹਾਂਜੀ ਵਿੱਚ ਜਦੋਂ ਉਹਨਾਂ ਦੀ ਅਸੀਂ ਜਾ ਰਹੇ ਸੀ ਤਾਂ ਇਹਨਾਂ ਦੀਆਂ ਮੱਝਾਂ ਨੂੰ ਵੀ ਟੀਕੇ ਮਾਰ ਕੇ ਮਾਰ ਦਿੱਤਾ ਗਿਆ ਸੀਗਾ, ਬਿਲਕੁਲ ਸਾਰੇ ਜਾਨਵਰ ਜੀ ਖਤਮ ਕਰ ਦਿੱਤੇ ਗਏ ਵੀ ਕੋਈ ਆਮਦਨੀ ਦਾ ਸੋਰਸ ਹੀ ਨਾ ਰਹੇ ਇਹਨਾਂ ਦਾ ਸੰਗਤ ਜੀ। ਪਰ ਇਹ ਜ਼ੁਲਮ ਅੱਗੇ ਵਧਿਆ, ਇਹ ਤੋਂ ਬਾਅਦ ਸਾਰੇ ਪਰਿਵਾਰ ਨੇ ਰਿਸ਼ਤੇਦਾਰਾਂ ਨੇ ਸਲਾਹ ਕੀਤੀ ਵੀ ਪੁਲਿਸ ਨੇ ਕਿਤੇ ਦੂਜੇ ਜਿਹੜੇ ਬੱਚੇ ਆ, ਕਿਉਂਕਿ ਦੋ ਪੁੱਤਰ ਹੋਰ ਸਨ ਜੀ ਤੇ ਤਿੰਨ ਪੁੱਤਰ ਸੋਰੀ ਹੋਰ ਸਨ ਤੇ ਇੱਕ ਬੱਚੀ ਸੀਗੀ ਜੀ, ਵੀ ਕਿਉਂ ਨਾ ਵੀ ਪੁੱਤਰਾਂ ਨੂੰ ਇੱਧਰ ਉੱਧਰ ਕਰਤਾ ਜਾਵੇ ਤਾਂ ਕਿ ਇਹਨਾਂ ਦੀ ਵੀ ਜਿਹੜੀ ਜਾਨ ਹੈ ਸੁਰੱਖਿਅਤ ਰਹੇ। ਜੀ ਸੋ ਉਹਨਾਂ ਨੇ ਦੋ ਬੇਟਿਆਂ ਨੂੰ ਜਿਹੜੇ ਉਹ ਕਸ਼ਮੀਰ ਤੋਂ ਕਸ਼ਮੀਰ ਸਿੰਘ ਤੋਂ ਛੋਟੇ ਸਨ ਜੀ, ਉਹਨਾਂ ਨੇ ਦੂਜੇ ਰਿਸ਼ਤੇਦਾਰਾਂ ਕੋਲ ਦੂਜੇ ਆਪਣੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸੀਗੇ ਕਹਿ ਲਓ ਵੀ ਉਹਨਾਂ ਦੇ ਟਿਕਾਣਿਆਂ ਅਤੇ ਉਦੋਂ ਪਿੰਡਾਂ ਦੇ ਵਿੱਚ ਭੇਜ ਦਿੱਤਾ ਜੀ ਤਾਂ ਕਿ ਉਹ ਉੱਥੇ ਪੁਲਿਸ ਨੂੰ ਨਾ ਮਿਲ ਤਦ ਤੱਕ ਉਹਨਾਂ ਦੀ ਜਿਹੜੀ ਆ ਜਾਨ ਜਿਹੜੀ ਆ ਸ਼ਾਇਦ ਬਚ ਜਾਵੇ ਜੀ। ਪਰ ਉਹ ਜਾਣੀ ਕਿ ਕਾਫੀ ਸਮਾਂ ਤੱਕ ਜੀਵਿਤ ਰਹੇ, ਪਰ 1991 ਦੇ ਸ਼ੁਰੂਆਤ ਦੇ ਵਿੱਚ ਮਾਤਾ ਗੁਰਜੀਤ ਕੌਰ ਨੂੰ ਇੱਕ ਖਬਰ ਹੋਰ ਮਿਲਦੀ ਆ ਵੀ ਉਹ ਦੋ ਪੁੱਤ ਜਿਹੜੇ ਆ ਉਹ ਫੜ ਲੈ ਗਏ ਨੇ ਅਤੇ ਉਹ ਇੱਕ ਦੋ ਖਾੜਕੂਆਂ ਦੇ ਰੂਪ ਦੇ ਵਿੱਚ ਉਹਨਾਂ ਨੂੰ ਦਿਖਾਇਆ ਗਿਆ ਅਤੇ ਉਹਨਾਂ ਨੂੰ ਇੱਕ ਝੂਠੇ ਪੁਲਿਸ ਮੁਕਾਬਲੇ ਵਿੱਚ ਦੋ ਪੁੱਤਰ ਹੋਰ ਜੋ ਹੈ ਉਹ ਸ਼ਹੀਦ ਕਰ ਦਿੱਤੇ ਗਏ। ਸੋ ਮਾਤਾ ਗੁਜਰੀ ਗੁਰਜੀਤ ਕੌਰ ਦੇ ਝੋਲੀ ਵਿੱਚ
ਹੋਰ ਜਿਹੜੀ ਆ ਦੁੱਖ ਦੀ ਪੰਡ ਜਿਹੜੀ ਆ ਉਹ ਪਾ ਦਿੱਤੀ ਗਈ। ਸੋ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹੁਣ ਉਹਨਾਂ ਦੇ ਪਤੀ, ਉਹਨਾਂ ਦੀ ਬੇਟੀ, ਉਹਨਾਂ ਦਾ ਵੱਡਾ ਪੁੱਤਰ ਤਾਂ ਦੋ ਪੁੱਤਰ ਹੋਰ ਹੋਰ ਜੀ ਜਿਹੜੇ ਸ਼ਹੀਦ ਕਰ ਗਏ। ਪੰਜ ਮੈਂਬਰ ਹੁਣ ਤੱਕ 1991 ਤੱਕ ਸ਼ਹੀਦ ਹੋ ਚੁੱਕੇ ਸਨ ਅਤੇ ਉਹਨਾਂ ਲਈ 7 ਸਾਲਾਂ ਦੇ ਵਿੱਚ 7 ਸਾਲਾਂ ਦੇ ਵਿੱਚ ਅਤੇ ਜਿਹੜੇ ਜਵਾਨ ਪੁੱਤਰ ਸਨ ਇਹ ਨਹੀਂ ਵੀ ਉਹ ਮੇਰੇ ਕੋਲ ਹੋਣਗੇ ਉਸ ਵੇਲੇ 22-23-24 ਸਾਲ ਦੇ ਇਸੀ ਉਮਰ ਦੇ ਵਿੱਚ ਉਹਨਾਂ ਦੇ ਜਿਹੜੀ ਉਹਨਾਂ ਦੀ ਉਮਰ ਸੀ ਅਤੇ ਉਸ ਉਮਰ ਦੇ ਵਿੱਚ ਹੀ ਉਹ ਜਿਹੜੇ ਹੈਗੇ ਆ ਉਹ ਇਸ ਸੰਸਾਰ 'ਤੇ ਆ ਕੇ ਆਪਣਾ ਅਤੇ ਜੋ ਵੀ ਉਹਨਾਂ ਦੇਖਿਆ ਅਤੇ ਇਹਦੇ ਵਿੱਚ ਹੀ ਉਹ ਆਪਣਾ ਕਰ ਜਾਂਦੇ ਨੇ। ਬੜਾ ਹੀ ਇੱਕ ਮਾਂ ਲਈ ਜਦੋਂ ਸਿਰ ਦਾ ਸਾਈਂ ਨਾ ਹੋਵੇ ਸਿਰ 'ਤੇ ਅਤੇ ਕੁਝ ਪਰਿਵਾਰ ਦੇ ਵੀ ਕਈ ਵਾਰੀ ਅਮਰਜੀਤ ਤੁਸੀਂ ਵੀ ਜਾਣਦੇ ਆ ਵੀ ਜਦੋਂ ਇੰਨਾ ਵੱਡਾ ਦੁੱਖ ਆਉਂਦਾ ਆ ਉਹ ਵੀ ਖਾਸ ਕਰਕੇ ਉਸ ਕਾਲੇ ਦੌਰ ਦੇ ਵਿੱਚ ਤੇ ਘਰ ਦੇ ਰਿਸ਼ਤੇਦਾਰ ਵੀਰ ਜੀ ਰਿਸ਼ਤੇਦਾਰ ਕੀ ਕਹਿੰਦੇ ਆਪਣਾ ਪਰਛਾਵਾਂ ਵੀ ਸਾਥ ਨਹੀਂ ਦਿੰਦਾ, ਕੋਈ ਨਹੀਂ ਸਾਥ ਦਿੰਦਾ ਉਹਨਾਂ ਉਹਨਾਂ ਔਖੇ ਸਮੇਂ ਵਿੱਚ। ਕਿਵੇਂ ਉਹ ਮਾਤਾ ਨੇ ਆਪਣਾ ਉਹ ਟਾਈਮ ਗੁਜ਼ਾਰਿਆ ਹੋਊਗਾ, ਕਿਵੇਂ ਉਹ ਰਾਤਾਂ ਕੱਟੀਆਂ ਹੋਣਗੀਆਂ, ਕਿਵੇਂ ਉਹ ਉਹਨੇ ਆਪਣਾ ਜਿਹੜਾ ਸਮਾਂ ਆ ਕਿੰਨਾ ਸੰਭਾਲਿਆ ਹੋਊਗਾ ਆਪਣੇ ਆਪ ਨੂੰ, ਕਿਵੇਂ ਆਪਣੇ ਦੋ ਹੋਰ ਬੱਚਿਆਂ ਨੂੰ ਜੋ ਇੱਕ ਉਹਨਾਂ ਦਾ 14 ਸਾਲ ਦਾ ਬੱਚਾ ਸੀਗਾ ਬਲਜਿੰਦਰ ਸਿੰਘ ਅਤੇ ਇੱਕ ਬੱਚੀ ਸੀਗੀ ਜੋ ਅੰਡਰੇਜ ਸੀਗੀ, ਉਹ ਕਿਵੇਂ ਕਿਵੇਂ ਕੱਟਿਆ ਹੋਊਗਾ। ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਉਹ ਕਿੰਨਾ ਔਖਾ ਸਮਾਂ ਹੋਊਗਾ ਉਹ ਦੁੱਖ ਨੂੰ ਦੇਖ ਕਿਤੇ ਹੋਏ ਤਾਂ ਫਿਰ ਉਹਨਾਂ ਦਾ ਡਰ ਵੀ ਉਹ ਉਹਨਾਂ ਦਾ ਕੀ ਬਣੇਗਾ। ਸੋ ਸੰਗਤ ਜੀ ਇਹ ਜਿਹੜਾ ਸਮਾਂ ਸੀ ਇੱਦਾਂ ਚੱਲਦਾ ਗਿਆ ਆਪਣੀ ਰਫਤਾਰ ਦੇ ਨਾਲ, ਦੁੱਖ ਜਿਹੜਾ ਸੀਗਾ ਉਹ ਮਾਤਾ ਦੇ ਨਾਲ ਚੁੰਬੜਿਆ ਰਿਹਾ। ਜਿਹੜੀ ਇਹ ਦੁੱਖਾਂ ਦੀ ਕਹਿੰਦੇ ਆ ਜਿਹੜੀ ਕੜੀ ਹੈ ਇਹ ਚੱਲਦੀ ਆ ਰਹੀ ਸੀ, ਕਹਿੰਦੇ ਕਿ ਪਿਛਲੇ ਦੁੱਖ ਤੋਂ ਹਲੇ ਨਿਕਲਦੇ ਨਹੀਂ ਸੀ ਜਦੋਂ ਇੱਕ ਹੋਰ ਦੁੱਖ ਅੱਗੇ ਆ ਕੇ ਖੜਾ ਹੋ ਜਾਂਦਾ ਸੀ। ਹਾਂਜੀ ਇਹ ਜਿਹੜੀ ਕੜੀ ਹੈ ਇਹ ਬਰਾਬਰ ਚੱਲਦੀ ਰਹੀ, ਸਮੇਂ ਦੇ ਅਨੁਸਾਰ ਕੋਈ ਖੁਸ਼ੀ ਦਾ ਪਲ ਨਹੀਂ ਮਿਲਿਆ ਬਲਕਿ ਦੁੱਖਾਂ ਦੀ ਜਿਹੜੀ ਕਤਾਰ ਸੀ ਉਹ ਲੱਗੀ ਰਹੀ। ਤੇ ਉਹ ਤੋਂ ਬਾਅਦ ਜਿਹੜੀ ਹੈਗੀ ਆ ਉਹਨਾਂ ਦੀ ਜਿਹੜੀ ਸਟੋਰੀ ਚੱਲਦੀ ਆ ਸੰਗਤ ਜੀ ਇਹ ਇੱਥੇ ਖਤਮ ਨਹੀਂ ਹੋਈ। ਉਹਨਾਂ ਨੂੰ 1991 ਦੇ ਦਰਮਿਆਨ ਉਹਨਾਂ ਨੂੰ ਮਾਤਾ ਜੀ ਨੂੰ, ਉਹਨਾਂ ਦੇ ਬੇਟੇ ਨੂੰ ਅਤੇ ਉਹਨਾਂ ਦੀ ਛੋਟੀ ਸਭ ਤੋਂ ਛੋਟੀ ਬੱਚੀ ਜਿਹੜੀ ਸੀਗੀ ਉਹਨਾਂ ਨੂੰ ਫਿਰੋਜ਼ਪੁਰ ਦੀ ਪੁਲਿਸ ਜਿਹੜੀ ਆ ਗ੍ਰਿਫਤਾਰ ਕਰ ਲੈਂਦੀ ਆ ਅਤੇ ਗ੍ਰਿਫਤਾਰ ਕਰਕੇ ਕਿਸੇ ਝੂਠੇ ਕੇਸ ਦੇ ਵਿੱਚ ਪਾ ਕੇ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਮਾਵਾਂ ਧੀਆਂ ਨੂੰ ਉੱਥੇ ਜਨਾਨੀ ਜੇਲ੍ਹ ਦੇ ਵਿੱਚ ਪਾ ਦਿੰਦੇ ਨੇ ਅਤੇ ਜੋ ਬੱਚਾ ਸੀ ਜਿਹਨੂੰ ਆਪਾਂ ਜੁਬਨਾਲ ਇੱਥੇ ਕਹਿ ਦਿੰਦੇ ਹਾਂ ਬੱਚਾ ਜੇਲ੍ਹ ਦੇ ਵਿੱਚ ਉਹਨੂੰ 14 ਸਾਲ ਦੇ ਬਲਜਿੰਦਰ ਸਿੰਘ ਨੂੰ ਪਾ ਦਿੰਦੇ ਨੇ। ਜਿਹੜੇ ਘਰ ਦੇ 3 ਜੀਅ ਰਹਿ ਗਏ ਸੀ ਮਤਲਬ ਉਹ 3 ਜੀਅ ਵੀ ਹੁਣ ਉਹ ਕਾਲ ਜੇਲ੍ਹ ਦੀਆਂ ਕਾਲ ਕੋਠੜੀਆਂ ਦੇ ਵਿੱਚ ਬੰਦ ਹੋ ਗਏ। ਸੋ ਇਹ ਜਿਹੜੀ ਦੁੱਖ ਭਰੀ ਕਹਾਣੀ ਹੈ ਚੱਲਦੀ ਆ ਰਹੀ ਹੈ ਅਤੇ ਹੁਣ ਸਮਾਂ ਹੋ ਗਿਆ ਸੰਗਤ ਜੀ ਬ੍ਰੇਕ ਦਾ, ਇਹ ਅਸੀਂ ਕੜੀ ਟੁੱਟਣ ਨਹੀਂ ਦੇਣੀ। ਮਾਤਾ ਜੀ ਦਾ ਜੋ ਦਰਦ ਹੈ ਫਿਰ ਸ਼ੇਅਰ ਕਰਦੇ ਹਾਂ, ਮਿਲਦੇ ਹਾਂ ਜੀ ਆਪ ਸਾਨੂੰ ਫਿਰ ਸਾਂਝ ਪਾਉਂਦੇ ਹਾਂ ਬ੍ਰੇਕ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਫਿਰ ਤੋਂ ਸਾਡੇ ਸਾਰੇ ਸਰੋਤਿਆਂ ਦਾ ਫਿਰ ਤੋਂ ਸਵਾਗਤ ਹੈ ਜੀ। ਅਸੀਂ ਸਿੱਖ ਰਿਲੀਫ ਦਾ ਵੀਕਲੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਅੱਗੇ। ਅੱਜ ਅਸੀਂ ਮਾਤਾ ਗੁਰਜੀਤ ਕੌਰ ਜੀ ਦੇ ਦਰਦਨਾਕ ਜੋ ਉਹਨਾਂ ਦੀ ਹੱਡ ਬੀਤੀ ਹੈ ਉਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ। ਵੀਰ ਜੀ ਆਪਾਂ ਕੜੀ ਪਿਛਲੀ ਜੋੜਦੇ ਹਾਂ ਅਤੇ ਤੁਸੀਂ ਅੱਗੇ। ਹਾਂਜੀ ਸਤਿ ਸ੍ਰੀ ਅਕਾਲ ਜੀ। ਬਹੁਤ ਹੀ ਦੁੱਖ ਭਰੀ ਇਹ ਦਾਸਤਾਨ ਆ ਮਾਤਾ ਗੁਰਜੀਤ ਕੌਰ ਦੀ, ਜਿਨ੍ਹਾਂ ਨੇ ਆਪਣੇ 6 ਜੀ ਜਿਹੜੇ ਹੈਗੇ ਆ ਕੌਮ ਤੋਂ ਵਾਰੇ ਨੇ। ਅਤੇ ਮੈਂ ਹੁਣ ਗੱਲ ਕਰਾਂਗਾ ਜਦੋਂ ਇਹਨਾਂ ਨੂੰ 1991 ਦੇ ਵਿੱਚ ਫਿਰੋਜ਼ਪੁਰ ਜੇਲ੍ਹ 'ਚ ਲੈ ਜਾਂਦੇ ਨੇ ਮਾਤਾ ਜੀ ਨੂੰ, ਮਾਤਾ ਜੀ ਦੇ ਛੋਟੇ ਬੱਚੇ ਨੂੰ ਅਤੇ ਇੱਕ ਪੁੱਤਰੀ ਨੂੰ। ਉੱਥੇ ਇਹਨਾਂ ਨਾਲ ਕਾਫੀ ਜਿਹੜਾ ਹੈਗਾ ਕਾਫੀ ਇਹਨਾਂ ਨੂੰ ਟੋਰਚਰ ਕੀਤਾ ਜਾਂਦਾ। ਮਾਤਾ ਦੇ ਕਹਿਣ ਦੇ ਮੁਤਾਬਕ ਹੱਥਾਂ ਦੇ ਨਹੁੰ ਅਤੇ ਪੈਰਾਂ ਦੇ ਨਹੁੰ ਇਹਨਾਂ ਦੇ ਪੁੱਟੇ ਜਾਂਦੇ ਨੇ। ਅਤੇ ਇਹਦੇ ਦਰਮਿਆਨ ਇੱਕ ਹੋਰ ਘਟਨਾ ਵਾਪਰਦੀ ਹੈ ਜਿੱਥੇ ਉਹਨਾਂ ਨੂੰ ਮਾਨਸਿਕ ਅਤੇ ਸਰੀਰਕ ਤਸੀਹੇ ਦਿੱਤੇ ਜਾਂਦੇ ਨੇ, ਪਰ ਇੱਕ ਤਸੀਹਾ ਐਸਾ ਆ ਅਤੇ ਮੇਰੇ ਖਿਆਲ ਉਹ ਮਾਤਾ ਹੀ ਨਹੀਂ ਇਕੱਲੀ, ਅਸੀਂ ਵੀ ਜਦੋਂ ਉਹਨੂੰ ਸੁਣਦੇ ਹਾਂ ਉਹ ਸਾਡੇ ਵੀ ਰੰਗੋਟੇ ਖੜ੍ਹੇ ਹੋ ਜਾਂਦੇ ਨੇ, ਸਾਡਾ ਵੀ ਦਿਲ ਕੰਬ ਉੱਠਦਾ ਆ। ਉਹਨਾਂ ਦਾ ਜੋ ਸਭ ਤੋਂ ਛੋਟਾ ਪੁੱਤਰ 14 ਸਾਲ ਦਾ ਸੀ ਉਹਨੂੰ ਵੀ ਪੁਲਿਸ ਜੇਲ੍ਹ 'ਚੋਂ ਕੱਢ ਕੇ ਉਹਦਾ ਮੁਕਾਬਲਾ ਬਣਾ ਦਿੰਦੇ ਨੇ। ਅਤੇ ਉਸ ਵਿਚਾਰੇ 14 ਸਾਲ ਦੇ ਬੱਚੇ ਦਾ ਕੀ ਕਸੂਰ ਹੋਏਗਾ, ਇਹ ਉਹਦੀ ਮਾਤਾ ਕਹਿੰਦੀ ਵੀ ਮੈਨੂੰ ਅੱਜ ਤੱਕ ਨਹੀਂ ਪਤਾ ਲੱਗਾ ਮੇਰਾ ਬੱਚਾ ਉਹਨਾਂ ਨੇ ਕਿੱਥੇ ਮਾਰ ਕੇ ਸੁੱਟਿਆ, ਉਹਦੀ ਲਾਸ਼ ਤੱਕ ਨਹੀਂ ਦਿੱਤੀ, ਉਹਦੇ ਮੈਂ ਆਖਰੀ ਜਿਹੜੇ ਮੇਰੇ ਫਰਜ਼ ਨੇ ਮੇਰੇ ਜਿਹੜੇ ਰਸਮਾਂ ਨੇ ਮੈਂ ਉਹਦੀਆਂ ਪੂਰੀਆਂ ਨਹੀਂ ਕਰ ਸਕੀ। ਪਤਾ ਨਹੀਂ ਕਿੰਨੀਆਂ ਮਾਵਾਂ ਨਾਲ ਇੱਦਾਂ ਬੀਤੀ ਹੋਣੀ ਆ, ਪਰ ਇਸ ਮਾਂ ਦੀ ਟ੍ਰੈਜਡੀ ਇਹ ਆ ਵੀ ਇਸ ਮਾਂ ਦੇ ਸਮੁੱਚੇ ਪਰਿਵਾਰ ਨੂੰ ਖਤਮ ਕਰ ਦਿੱਤਾ ਗਿਆ ਜੀ। ਅਤੇ ਫਿਰ ਜਿਹੜੀ ਇਹਨਾਂ ਦੀ ਬੇਟੀ ਇੱਕ ਹੋਰ ਜੇਲ੍ਹ ਦੇ ਵਿੱਚ ਸੀਗੀ ਇਹਨਾਂ ਦੇ ਨਾਲ, ਜੋ ਉਹ ਫਿਰ ਇਹਨਾਂ ਨੂੰ ਜਦੋਂ 1.5 ਸਾਲ ਤੋਂ ਬਾਅਦ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਉਹ ਵਾਪਸ ਆਏ ਨੇ,
ਤੇ ਇਹਨਾਂ ਨੂੰ ਮਜਬੂਰੀ ਵਸ ਉਹ ਬੱਚੀ ਦਾ 15 16 ਸਾਲ ਦੀ ਉਮਰ ਦੇ ਵਿੱਚ ਹੀ ਪੰਜਾਬ ਤੋਂ ਬਾਹਰ ਕਿਸੇ ਸਟੇਟ ਦੇ ਵਿੱਚ ਉਹ ਬੱਚੀ ਦਾ ਆਨੰਦ ਕਾਰਜ ਕਰਨਾ ਦੇਖੋ ਉਹਨੂੰ ਪਿਆ ਸੱਦਿਆ ਜਾਂਦਾ ਸੀ, ਜੀ ਕਦੀ ਮਾਂ ਧੀਆਂ ਨੂੰ ਸੱਦਿਆ ਜਾਂਦਾ ਸੀ ਠਾਣੇ, ਕਦੀ ਕਹਿੰਦੇ ਸੀਗੇ ਵੀ ਆਪਣੀ ਅਸੀਂ, ਜੀ ਸੋ ਇਸ ਡਰ ਪੱਖੋਂ ਉਹਦੀ ਇੱਜ਼ਤ ਨੂੰ ਮੁੱਖ ਰੱਖ ਕੇ ਮਾਤਾ ਨੂੰ ਇਹ ਜਿਹੜਾ ਕਦਮ ਚੁੱਕਣਾ ਪਿਆ ਵੀ ਉਹਨੂੰ ਅੰਡਰੇ ਜੀ ਉਹਦਾ ਵਿਆਹ ਕਰਕੇ ਕਿਤੇ ਹੋਰ ਭੇਜਣਾ ਪਿਆ, ਜੀ ਤੇ ਕਿੰਨੀ ਕਿੰਨਾ ਉਹ ਲਈ ਔਖਾ ਹੋਵੇਗਾ। ਜੀ ਤੇ ਸੰਗਤ ਜੀ ਹੁਣ ਅਸੀਂ ਚ ਵੱਧਦੇ ਹਾਂ ਇੱਕ ਵੀਡੀਓ ਦੇ ਵੱਲ ਦੇ ਜੋ ਕੁਛ ਅਸੀਂ ਦੱਸਿਆ ਹੈ ਆਪ ਜੀ ਵੀਡੀਓ ਦੇ ਰਾਹੀਂ ਹੁਣ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਮਾਤਾ ਗੁਰਜੀਤ ਕੌਰ ਬੋਲਦੀ ਹਾਂ, ਜਿੱਥੇ ਚਾਰ ਦੇ ਦੋ ਧੀਆਂ ਸੀ, ਜਿਨ੍ਹਾਂ ਵਿੱਚ ਪਹਿਲਾਂ ਮੇਰਾ ਸਰਦਾਰ ਜੀ ਇੱਥੇ ਟੈਗ ਦੇ ਵਿੱਚੋਂ ਗੋਲੀਆਂ ਵੱਜੀ ਸੀ, ਬਾਹਰ ਜਾ ਕੇ ਸ਼ਹੀਦ ਹੋ ਗਿਆ ਸੀ, ਸੰਤਾਂ ਕੋਲ ਰਹਿੰਦੇ ਸੀ। ਉਸ ਤੋਂ ਬਾਅਦ ਮੇਰੇ ਵੱਡਾ ਪੁੱਤਰ ਮੇਰੀ ਬੇਟੀ ਫੜੇ ਤੋਂ ਟਾਲੀ ਤੋਂ ਗਿਆ ਸੀ ਬੇਟਾ, ਅਤੇ ਆਣ ਕੇ ਮੇਰੀ ਬੱਚੀ ਸਮੈਤ ਮੇਰੇ ਨੌਕਰ ਸਮੈਤ ਸ਼ਹੀਦ ਕਰ ਦਿੱਤਾ ਸੀ ਘਰ ਵਿੱਚ ਲਿਆ ਕੇ। ਉਸ ਤੋਂ ਬਾਅਦ ਮੇਰਾ ਦੂਸਰਾ ਬੇਟਾ ਦੁਕਾਨ 'ਤੇ ਕੰਮ ਕਰਦਾ, ਸਾਡੀ ਦੁਕਾਨ ਸੀ, ਦੁਕਾਨ 'ਤੇ ਕੰਮ ਕਰਦਾ, ਫਿਰ ਚੁੱਕ ਕੇ ਲੱਗੀ ਮਾਰ ਕੇ ਸ਼ਿੰਗਾਲੀ ਸੁੱਟ ਗਈ। ਤੀਸਰਾ ਪੁੱਤਰ ਮੇਰਾ ਜਸਪਾਲ ਸਿੰਘ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਅਤੇ ਇਹਨਾਂ ਨੇ ਸ਼ਹੀਦ ਕਰ ਦਿੱਤਾ, ਜਿਹਦੀਆਂ ਮੈਨੂੰ ਲਾਸ਼ਾਂ ਵੀ ਨਹੀਂ ਮਿਲੀਆਂ, ਮੈਂ ਮੰਮੀ ਪੁੱਤਰਾਂ ਦਾ ਵੇਖ ਸਕੀ। ਚੌਥਾ ਪੁੱਤਰ 12ਵੇਂ ਮਹੀਨੇ ਦੀ 2 ਤਰੀਕ ਨੂੰ ਚੁੱਕ ਕੇ ਲਈ ਪੁਲਿਸ, ਜਿਹਦਾ ਅਜੇ ਤੱਕ ਪਤਾ ਨਹੀਂ ਕਿੱਥੇ ਮੇਰਾ ਮਾਰਿਆ, ਕੀ ਕੀਤਾ, ਕੀ ਉਹਦੇ ਨਾਲ ਵਾਪਰਿਆ, ਕਿੱਥੇ ਮਾਰਿਆ, ਕੀ ਕਰਿਆ। ਮੇਰੇ ਘਰ ਦਾ ਉਹ ਧੀ ਮੱਝਾਂ ਪਈ, 5 ਗਾਵਾਂ, ਇੰਨਾ ਪਰਿਵਾਰ ਦਾ ਖਰਚਾ ਜਿਹੜਾ ਸਾਰਾ ਮੇਰਾ ਲੋਕਾਂ ਵਿੱਚ ਵੰਡ ਕੇ ਮੈਂ ਘਰੋਂ ਨਿਕਲ, 2.5 ਸਾਲ ਮੈਂ ਜੇਲ੍ਹ ਕੱਟੀ ਨਿੱਕੀ ਬੱਚੀ ਲੈ ਕੇ, 1.5 ਸਾਲ ਤੋਂ ਬਾਅਦ ਇਸ ਅੰਮ੍ਰਿਤਸਰ ਦੀ ਧਰਤੀ 'ਤੇ ਆ ਗਈ। ਅੱਜ ਤੱਕ ਮੈਂ 26 ਸਾਲ ਹੋ ਗਏ, ਮੈਂ ਜਾ ਕੇ ਵੇਖਿਆ ਨਹੀਂ ਕੋਈ ਮੇਰਾ ਆਇਆ ਕਿ ਕੋਈ ਨਹੀਂ, ਅਤੇ ਜਾਣਾ ਵੀ ਨਹੀਂ ਮੈਂ, ਮੇਰਾ ਉੱਥੇ ਜਿਵੇਂ ਜਾਣਾ ਮੈਂ ਇੰਨਾ ਸੰਸਥਾ ਦੇ ਸਿਰ 'ਤੇ, ਬਲਵੀਰ ਸਿੰਘ ਦੇ ਸਿਰ 'ਤੇ, ਭੈਣਾਂ ਭਰਾਵਾਂ ਦੇ ਸਿਰ 'ਤੇ ਬੈਠੀ ਹੋਈ ਅੰਮ੍ਰਿਤਸਰ ਦੇ ਵਿੱਚ, ਇਹੀ ਮੇਰਾ ਇਲਾਜ ਕਰਾਉਣਗੇ, ਹੋਰ ਮੇਰਾ ਕੋਈ ਨਹੀਂ। ਅਤੇ ਮਾਤਾ ਜੀ ਤੁਸੀਂ ਸਾਨੂੰ ਦੱਸਿਆ ਸੀ ਤੁਹਾਡੇ ਜਿਹੜੇ ਬੇਟੇ ਨੇ ਉਹਨਾਂ ਨੂੰ ਕਿੱਦਾਂ CRPF ਨੇ ਬੁਰੀ ਤਰ੍ਹਾਂ ਮਤਲਬ ਕੁੱਟਿਆ ਮਾਰਿਆ ਵੀ ਸੀ, ਅਤੇ ਇੱਕ ਬੱਚੇ ਨੂੰ ਤਾਂ ਤੁਹਾਡੇ ਨੂੰ ਸਕੂਲ ਗਏ ਨੂੰ ਹੀ ਮਤਲਬ CRPF ਨੇ ਉਹਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਸੀ। ਹਾਂਜੀ, ਨਿੱਕੇ ਦਾ। ਹਾਂਜੀ, ਇਹਦੇ ਬਾਰੇ ਤੁਸੀਂ ਸੰਤਾਂ ਨੂੰ ਦੱਸੋ ਜੀ ਕਿੱਦਾਂ ਇਹ ਸਾਰਾ ਵਾਪਰਿਆ। ਜਿਹੜਾ ਵੱਡਾ ਕਾਕਾ ਸੀ ਨਾ ਤਰਲੋਕ ਸਿੰਘ, ਇਹਨੂੰ ਤਾਂ ਘਰ ਬੈਠੇ ਨੂੰ ਅਣਛੀਤ ਕੀਤਾ, ਸਾਨੇ ਘਰ ਬੈਠਾ ਸੀ, ਗੁੱਡੀ ਵੀ ਘਰੇ ਸੀ, ਨੌਕਰ ਵੀ ਘਰੇ ਸੀ, ਖੇਤੀ ਨੂੰ ਪਾਣੀ ਲਾਇਆ ਸੀ, ਅਤੇ ਜਦੋਂ ਪੁਲਿਸ ਆ ਗਈ CRP ਉਹਨਾਂ ਨੇ ਫਾਇਰਿੰਗ ਕਰਕੇ ਮੇਰੇ ਬੱਚੇ ਨੂੰ ਘਰ ਦੇ ਵਿੱਚ ਸ਼ਹੀਦ ਕਰ ਦਿੱਤਾ, ਨਾਲੇ ਮੇਰੀ ਬੇਟੀ ਕਰ ਦਿੱਤੀ, ਨਾਲੇ ਮੇਰੇ ਨੌਕਰ ਕਰ ਦਿੱਤਾ। ਉਸ ਤੋਂ ਬਾਅਦ ਸਾਨੂੰ ਦੋਵਾਂ ਮਾਵਾਂ ਧੀਆਂ ਨੂੰ ਚੁੱਕ ਕੇ ਪੁਲਿਸ ਲੈ ਗਏ, ਸਾਲ ਭਰ ਸਾਨੂੰ 1.5 ਸਾਲ ਜੇਲ੍ਹ 'ਚ ਰੱਖਿਆ। ਰੋਟੀ 1.5 ਸਾਲ ਜੇਲ੍ਹ 'ਚ ਰੱਖਿਆ ਗਿਆ। ਉਸ ਤੋਂ ਬਾਅਦ ਅਸੀਂ ਮਾਵਾਂ ਧੀਆਂ ਨਾਲ ਮੇਰੇ ਆਉਂਦਿਆਂ ਨੂੰ ਮੇਰਾ ਪੁੱਤਰ ਜਸਪਾਲ ਵੀ ਸ਼ਹੀਦ ਕਰ ਦਿੱਤਾ, ਮੇਰਾ ਕਸ਼ਮੀਰ ਵੀ ਸ਼ਹੀਦ ਕਰ ਦਿੱਤਾ, ਬਲਜਿੰਦਰ ਸਿੰਘ ਨੂੰ ਸਕੂਲ ਤੋਂ ਚੁੱਕਿਆ ਹੈ, ਕਿੱਥੇ ਸ਼ਹੀਦ ਕੀਤਾ, ਕੀ ਕੀਤਾ, ਕਿੱਥੇ ਮਾਰਿਆ ਉਹਦਾ ਮੈਨੂੰ ਕੋਈ ਪਤਾ। ਮੈਂ 4 ਪੁੱਤਰ, ਇੱਕ ਬੱਚੀ ਦਾ ਅਤੇ ਇੱਕ ਪੁੱਤਰ ਦਾ ਸਤਿਕਾਰ ਕੀਤਾ ਹੈ, ਬਾਕੀ ਮੈਨੂੰ 3 ਪੁੱਤਰਾਂ ਦਾ ਪਤਾ ਨਹੀਂ ਕਿੱਥੇ ਮੇਰੇ ਪੁੱਤਰ ਮਾਰੇ ਨੇ, ਕੀ ਕੀਤਾ, ਕੀ ਹੋਇਆ, ਕੀ ਬਤਾਇਆ ਮੈਨੂੰ, ਕਿਸ ਵਾਸਤੇ ਮੇਰੇ ਪੁੱਤਰਾਂ ਦੇ ਦੋਸ਼ ਲਾਇਆ ਗਿਆ। ਜਹਿੰਦਾ ਅਤੇ ਉਹ ਸ਼ਰੀਕਾਂ ਕੋਲ ਸੀ, ਮੇਰੀ ਜ਼ਮੀਨ ਸੀ, ਉਹ ਨਿੱਕਿਆਂ ਨੂੰ ਦੇ ਗਈ, ਮੈਂ ਇਸ ਗਈ ਜ਼ਿੰਮੇਦਾਰੀ ਨਾਲ ਪੈ ਰਹੀ ਹਾਂ, ਮੇਰਾ ਕੋਈ ਆਸਰਾ ਨਹੀਂ, ਕੋਈ ਸਹਾਰਾ ਨਹੀਂ, ਮੇਰੀ ਵਾਰ ਵਾਰ ਇਹ ਪੀੜ ਵੀ ਮੈਂ ਹੁਣ ਦੁੱਖਾਂ ਦੀ ਭਰੀ ਨਹੀਂ ਹਾਂ, ਮੇਰਾ ਇਲਾਜ ਕਰਾਓ, ਮੈਂ ਠੀਕ ਹੋਵਾਂਗੀ, ਮੈਂ ਆਪਣੀ ਸੇਵਾ ਕਰਦੀ ਹਾਂ, ਚੰਗਾ। ਅਤੇ ਮਾਤਾ ਜੀ ਤੁਹਾਨੂੰ ਵੀ ਮਤਲਬ ਪੁਲਿਸ ਨੇ ਕੁੱਟਿਆ ਮਾਰਿਆ? ਪੁੱਤਾਂ ਜੀ ਮੇਰੇ ਨੂੰਹਾਂ ਕੱਢੀਆਂ ਦੀ ਨਿਸ਼ਾਨੀਆਂ ਨੇ, ਨੂੰਹ ਮੇਰੇ ਹੱਥਾਂ ਦੇ ਕੱਢ ਦਿੱਤੇ, ਪੈਰਾਂ ਦੇ ਕੱਢ ਦਿੱਤੇ,
ਡੇਢ ਸਾਲ ਮੈਂ ਫਿਰੋਜ਼ਪੁਰ ਜੇਲ੍ਹ ਸੈਂਟਰ 'ਚ ਰਹੀ ਹਾਂ। ਡੇਢ ਸਾਲ ਤੋਂ ਬਾਅਦ ਮੈਂ ਆਈ ਹਾਂ ਵੇਖਿਆ ਹੋ ਗਿਆ, ਕਿਤੇ ਗਈ ਨਹੀਂ, ਬਸ ਅੰਮ੍ਰਿਤਸਰ ਦੀ ਧਰਤੀ ਰਹੀ। ਅਤੇ ਇੱਕ ਤੁਸੀਂ ਮਾਤਾ ਜੀ ਹੋਰ ਮਤਲਬ ਗੱਲ ਦੱਸਦੇ ਹੁੰਦੇ ਹੋ, ਕਿਉਂਕਿ ਇਹ ਬਜ਼ੁਰਗ ਹੋਣ ਤੋਂ ਬਾਅਦ ਕਈ ਗੱਲਾਂ ਚੇਤੇ ਨਹੀਂ ਰਹਿੰਦੀਆਂ। ਤੁਸੀਂ ਪਿਛਲੀ ਵਾਰ ਮੈਂ ਜਦੋਂ ਆਇਆ ਸੀ ਦੱਸਿਆ ਸੀ ਕਿ ਜਦੋਂ ਜਿਹੜਾ ਤੁਹਾਡਾ ਵੱਡਾ ਬੇਟਾ ਸੰਤਾਂ ਨਾਲ ਰਹਿੰਦਾ ਸੀ, ਹਾਂਜੀ, ਉਹ ਜਦੋਂ ਜੀਪ ਲੈ ਕੇ ਗਿਆ ਸੀ ਅਸਲੇ ਦੀ, ਹਾਂਜੀ ਹਾਂਜੀ, ਉਹ ਗੱਲ ਸੰਗਤਾਂ ਨਾਲ ਸਾਂਝੀ ਕਰੋ, ਕਿੱਦਾਂ ਸੀ ਉਹ ਸਾਰੀ ਗੱਲ। ਵੱਡਾ ਤਰਲੋਕ ਸਿੰਘ ਜਿਹੜਾ ਸੀ ਉਹ ਸੰਤਾਂ ਨਾਲ, ਇਹਦਾ ਚਾਚਾ ਵੀ ਸੰਤਾਂ ਨਾਲ ਰਹਿੰਦਾ ਸੀ ਸੁਖਵਿੰਦਰ ਸਿੰਘ, ਜਿੱਥੇ ਜਾਂਦੇ ਸੀ ਸੰਤ ਘੱਲਦੇ ਸੀ, ਉੱਥੇ ਚੀਜ਼ਾਂ ਲੈ ਕੇ ਆਉਂਦੇ ਸੀ, ਜੇ ਕਿਸੇ ਤੋਂ ਪਿਸਤੌਲ ਜਾਂ ਕਿਸੇ ਸੰਤਾਂ ਦੀਆਂ ਰੱਖੀਆਂ ਰਫਲਾਂ ਲੈ ਕੇ ਆਉਂਦੇ ਸੀ। ਇਸ ਕਰਕੇ ਤਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਇਸ ਵੇਲੇ ਵਿੱਚ ਹੀ। ਹੁਣ ਦਿਮਾਗ ਕੁਛ ਘੱਟ ਗਿਆ ਅੱਗੇ ਨਾਲੋਂ, ਸਭ ਗੱਲਾਂ ਨਾ ਦਿਮਾਗ ਚੋਰ ਹੋ ਗਈਆਂ, ਭੁੱਲ ਗਈਆਂ ਨੇ। ਇੰਨਾ ਹੁੰਦਾ ਵੀ ਜਦੋਂ ਚੇਤੇ ਆ ਜਾਏ ਗੱਲ ਲੈਣ ਵਾਂਗ ਟੁਰੀ ਆਉਂਦੀ ਹੈ, ਅਤੇ ਜਦੋਂ ਦਿਮਾਗ 'ਤੇ ਬੋਝ ਪੈ ਜਾਏ ਨਾ ਗੱਲ ਕਰਦਿਆਂ ਕਰਦਿਆਂ, ਫਿਰ ਰੋਣ 'ਤੇ ਜ਼ੋਰ ਆਉਂਦਾ ਅਤੇ ਗੱਲ ਭੁੱਲ ਜਾਂਦੀ। ਸੰਤਾਂ ਨੇ ਨਾਮ ਕੀ ਰੱਖਿਆ ਸੀ ਬੇਟੇ ਦਾ ਤੁਹਾਡਾ? ਉਹਨਾਂ ਦਾ ਨਾਂ ਰੱਖਿਆ ਸੀ ਤਰਲੋਕ ਸਿੰਘ ਮੱਕਾ, ਮੱਕੜੀ ਤਰ੍ਹਾਂ ਭੱਜ ਜਾਂਦਾ ਜਿੱਥੋਂ ਚੀਜ਼ ਲਿਆਉਂਦਾ ਇੱਕ ਮਿੰਟ 'ਚ ਲੈ ਕੇ ਆ। ਸੰਤਾਂ ਨੇ ਸਰੋਪੇ ਵੀ ਗੱਲ ਵਿੱਚ ਪਾਇਆ ਸੀ, ਮੈਨੂੰ ਵੀ ਸੱਦਿਆ ਸੀ ਸਰੋਪੇ ਪਾ ਸਕਦਾ। ਅੱਜ ਖਤਮ ਕੱਖਾਂ ਧੋਲੀ ਅੱਜ ਮੇਰਾ ਕੁਝ ਮੈਨੂੰ ਸੌਂ ਨਹੀਂ ਸਕਦੀ ਨਾਲ ਮੇਰੀ ਉਮਰ ਤੋਂ 70 ਸਾਲ ਦੀ ਉਮਰ ਹੋ ਗਈ। ਹੁਣ ਦਿਮਾਗ ਦੀਆਂ ਗੱਲਾਂ ਨੂੰ ਚੱਕਰ ਖਾ ਜਾਂਦਾ, ਦਿਮਾਗ ਗੱਲ ਕਰਦੀ ਨੂੰ ਗੱਲ ਬੋਲ ਜਾਂਦੀ, ਜੋ ਲਿਸਟ ਬਣਾਉਣ ਜਦੋਂ ਚੇਤਾ ਆਈ ਜਾ ਗੱਲ, ਫਿਰ ਤਾਂ ਲਿਸਟਾਂ ਘਟੂਰੀ ਆਉਂਦੀ ਹੈ, ਅਤੇ ਜਦੋਂ ਦਿਮਾਗ 'ਚ ਗਮ ਆ ਜਾਏ ਨਾ ਫਿਰ ਸਾਰੀਆਂ ਗੱਲਾਂ ਪਿਛਲੀ ਭੁੱਲਦੀਆਂ ਜਾਂਦੀਆਂ। ਮੇਰੀ ਤਾਂ ਫਰਿਆਦ ਹੈ ਸਿੱਖ ਘੁੰਮ ਕੇ ਜਿਹੜੇ ਮੇਰੇ ਵੀਰ ਦਰਦੀ ਨੇ ਦਰਦ ਮੰਡਣ ਵਾਲੇ, ਉਹਨੂੰ ਮੈਂ ਕਿਤੇ ਬੁੱਕ ਕਰਕੇ ਤਾਂ ਮੰਗਣਾ ਨਹੀਂ, ਦੁੱਖ ਵੀ ਤਾਂ ਮੇਰੇ ਨਾਲ ਸੁਣਾਉਣਾ ਜਿਹੜੇ ਮੇਰੇ ਦਰਦੀ, ਉਹ ਤਾਂ ਕਿਸੇ ਨੂੰ ਸੁਣਾ ਨਹੀਂ ਸਕਦਾ। ਦਰਦੀਆਂ ਨੂੰ ਕਹਿਣਾ ਤੂੰ ਮੈਨੂੰ ਅੱਧ ਤਕਲੀਫ, ਮੇਰੀ ਨਾਗਪੁਰ ਕੋਲ ਦਵਾਈ ਚੱਲਦੀ, ਪਤਾ ਨਹੀਂ ਕਿੰਨਾ ਕੁ ਉਹਦਾ ਬਿੱਲ ਬਣਿਆ ਹੋਊ ਮੇਰੇ ਕੋਲ ਪਤਾ ਨਹੀਂ। ਮੈਂ ਜਾਂਦੀ ਹਾਂ ਦਵਾਈ ਲੈਣੀ ਆ, ਜਦੋਂ ਗੁਰੂ ਕਰੇਗਾ ਦੇਗਾ ਮੈਂ ਦੇ ਦਿਆਂਗੀ ਉਹਨੂੰ, ਮੈਂ ਕਰ ਵੀ ਕੀ ਸਕਦੀ, ਮੇਰੇ ਵਾਸ ਕੁਛ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਵੀਡੀਓ ਦੇਖੀ ਹੈ, ਸਭ ਤੋਂ ਪਹਿਲੀ ਗੱਲ ਜਿੰਨਾ ਵੀ ਅਸੀਂ ਸ਼ੋਅ ਕੀਤਾ ਹੈਗਾ ਅੱਧੇ ਘੰਟੇ ਸ਼ੋਅ ਦੇ ਵਿੱਚ, ਅਸੀਂ ਇਹਨਾਂ ਮਾਤਾ ਜੀ ਦੀ ਇੰਨੇ ਸਾਲਾਂ ਦੀ ਜਿਹੜੀ ਦਰਦਨਾਕ ਜੋ ਉਹਨਾਂ ਦੀ ਹੱਡ ਬੀਤੀ ਹੈ ਉਹ ਅਸੀਂ ਬਿਆਨ ਨਹੀਂ ਕਰ ਸਕਦੇ। ਸਭ ਤੋਂ ਵੱਡੀ ਗੱਲ ਕਿ ਜੋ ਇਹਨਾਂ ਦੀ ਦਰਦਨਾਕ ਜੋ ਇਹਨਾਂ ਦੀ ਜ਼ਿੰਦਗੀ ਲੰਘੀ ਹੈ, ਇੱਕ ਮਾਂ ਵਾਸਤੇ ਆਪਣੇ ਇੱਕ ਪੁੱਤਰ ਨੂੰ ਵਾਰਨਾ ਹੀ ਬੜਾ ਔਖਾ ਹੁੰਦਾ ਹੈ, ਇੱਕ ਔਲਾਦ ਨੂੰ ਹੀ ਤੋਰਨਾ ਬੜਾ ਔਖਾ ਹੁੰਦਾ ਹੈ, ਪਰ ਇਹਨਾਂ ਨੇ ਤਾਂ ਆਪਣੀਆਂ 5 ਔਲਾਦਾਂ ਵਾਰੀਆਂ ਨੇ, 5 ਔਲਾਦਾਂ ਨੂੰ ਵਾਰਿਆ ਅਤੇ ਇੱਕ ਆਪਣੇ ਪਤੀ ਨੂੰ, ਆਪਣੇ ਸਭ ਤੋਂ ਪਹਿਲਾਂ ਇਹਨਾਂ ਦੇ ਪਤੀ ਇਹਨਾਂ ਨੂੰ ਛੱਡ ਕੇ ਗਿਆ। ਸੋ ਇਹਨਾਂ ਦੀ ਜੋ ਦਰਦਨਾਕ ਜੋ ਦਰਦ ਭਰੀ ਕਹਾਣੀ ਹੈ ਉਹਨੂੰ ਅਸੀਂ ਅੱਖਰਾਂ 'ਚ ਬਿਆਨ ਨਹੀਂ ਕਰ ਸਕਦੇ, ਅੱਖਰ ਵੀ ਥੋੜ੍ਹੇ ਹੀ ਰਹਿ ਜਾਂਦੇ ਆ। ਜਦੋਂ ਮਾਂ ਕਹਿੰਦੀ ਹੈ ਨਾ ਮੇਰਾ ਕਸ਼ਮੀਰਾ ਚਲਾ ਗਿਆ, ਤਾਂ ਉਹ ਸੁਣ ਕੇ ਹੀ ਸਾਡੇ ਰੌਂਗਟੇ ਖੜ੍ਹੇ ਹੋ ਜਾਂਦੇ ਆ, ਕਿਉਂਕਿ ਅਸੀਂ ਵੀ, ਮੈਂ ਵੀ ਬੱਚਿਆਂ ਦੀ ਮਾਂ ਹਾਂ, ਮੈਂ ਵੀ ਇਹ ਗੱਲ ਸੋਚ ਸਕਦੀ ਹਾਂ ਕਿ ਇੱਕ ਜਦੋਂ ਮਾਂ ਦੇ ਉਸਦੇ ਬੱਚੇ ਨੂੰ ਕੁਛ ਹੁੰਦਾ ਤਾਂ ਇੱਕ ਮਾਂ ਦੇ ਕੀ ਬੀਤੀ ਹੋਊਗੀ। ਸਤਸੰਗਤ ਜੀ, ਅੱਜ ਅਸੀਂ ਆਪ ਜੀ ਦੇ ਅੱਗੇ ਮਾਤਾ ਜੀ ਦੀ ਜੋ ਹੱਡ ਬੀਤੀ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ। ਇਹ ਮਾਤਾ ਜੀ ਨੂੰ ਤੁਸੀਂ ਦੇਖ ਚੁੱਕੇ ਹੋਵੋਗੇ, ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਝਾੜੂ ਮਾਰਨ ਦੀ ਸੇਵਾ ਕਰਦੇ ਰਹਿੰਦੇ ਨੇ, ਉੱਥੇ ਹੀ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਛੋਟੇ ਜਿਹੇ ਕਮਰੇ ਦੇ ਵਿੱਚ ਰਹਿ ਰਹੇ ਨੇ। ਪਿਛਲੇ 6 ਸਾਲਾਂ ਤੋਂ ਅਸੀਂ ਇਹਨਾਂ ਮਾਤਾ ਜੀ ਦਾ ਜਿਹੜਾ ਇਹਨਾਂ ਦੇ ਦਵਾਈ ਬੂਟੀ ਦਾ ਖਰਚਾ ਹੈਗਾ, ਇਹਨਾਂ ਨੂੰ ਕਾਫੀ ਬਿਮਾਰੀਆਂ ਨੇ, ਉਮਰ ਦੇ ਹਿਸਾਬ ਨਾਲ ਵੀ ਕੁਛ ਜੋ ਟੋਰਚਰ ਹੋਏ ਆ ਉਹਦੇ ਕਰਕੇ ਵੀ ਇਹਨਾਂ ਨੂੰ ਕਾਫੀ ਸਿਹਤ ਦੀ ਇਹਨਾਂ ਨੂੰ ਪ੍ਰੋਬਲਮ ਰਹਿੰਦੀ ਹੈ।
ਇਹਨਾਂ ਦੀਆਂ ਦਵਾਈਆਂ ਦਾ ਸਾਰਾ ਜੋ ਖਰਚਾ ਹੈ, ਇਹਨਾਂ ਦੇ ਰੋਟੀ ਪਾਣੀ ਦਾ, ਕੱਪੜੇ ਲੀੜੇ ਦਾ, ਜੋ ਵੀ ਇਹਨਾਂ ਦੇ ਖਰਚੇ ਹੁੰਦੇ ਆ, 6 ਸਾਲਾਂ ਤੋਂ ਸਿੱਖ ਰਿਲੀਫ ਵੱਲੋਂ ਕੀਤੇ ਜਾ ਰਹੇ ਨੇ। ਅਤੇ ਅੱਜ ਅਸੀਂ ਆਪ ਜੀ ਦੇ ਅੱਗੇ ਅਪੀਲ ਲੈ ਕੇ ਹਾਜ਼ਰ ਹੋਏ ਹਾਂ ਕਿ ਇਸ ਮਾਤਾ ਦੇ ਦਰਦ ਨੂੰ ਅਸੀਂ ਨਹੀਂ ਘੱਟ ਕਰ ਸਕਦੇ, ਪਰ ਇਹਨਾਂ ਦੇ ਮਾਤਾ ਦੀਆਂ ਜੋ ਰੋਜ਼ ਦੇ ਇੱਕ ਤਕਲੀਫਾਂ ਤੋਂ ਗੁਜ਼ਰ ਰਹੀ ਹੈ ਮਾਤਾ, ਉਹਨਾਂ ਤੋਂ ਅਸੀਂ ਇਹਨਾਂ ਨੂੰ ਥੋੜ੍ਹਾ ਜਿਹਾ ਹਲਕਾ ਕਰ ਸਕਦੇ ਹਾਂ। ਸਤਸੰਗਤ ਜੀ, ਆਪ ਜੀ ਅੱਗੇ ਅਪੀਲ ਹੈ ਕਿ ਤੁਸੀਂ ਅੱਗੇ ਆਓ ਅਤੇ ਮਾਤਾ ਜੀ ਦੇ ਜੋ ਇਹਨਾਂ ਦੇ ਖਰਚੇ ਦੇ ਵਿੱਚ ਆਪਣਾ ਯੋਗਦਾਨ ਪਾਓ। ਇਹ ਹੇਠ ਲਿਖੇ ਜਿਹੜੀਆਂ ਬੈਂਕ ਡਿਟੇਲਸ ਆ ਰਹੀਆਂ ਨੇ, ਅਤੇ ਆਪ ਜੀ ਇੱਥੇ ਯੋਗਦਾਨ ਪਾ ਸਕਦੇ ਹੋ। ਅਤੇ ਫਟਾਫਟ ਵੀਰ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਟਾਈਮ ਖਤਮ ਹੋ ਰਿਹਾ। ਹਾਂਜੀ, ਮੈਂ ਵੀ ਇਹ ਕਹਾਂਗਾ ਵੀ ਉਹ ਮਾਤਾ ਗੁਰਜੀਤ ਕੌਰ, ਉਹ ਸਿਰਫ ਉਹ ਬੱਚਿਆਂ ਦੀ ਮਾਂ ਨਹੀਂ ਸੀਗੀ, ਸਾਡੀ ਕੌਮ ਦੀ ਮਾਂ ਆ। ਆਪਾਂ ਇਸ ਮਾਂ ਨੂੰ ਸਾਂਭੀਏ ਤਾਂ ਸਾਰਿਆਂ ਦਾ ਫਰਜ਼ ਬਣਦਾ। ਆਪਾਂ ਸਾਰੇ ਜਿੰਨਾ ਵੀ ਕੋਈ ਦੇ ਸਕਦੇ ਹਾਂ, ਥੋੜ੍ਹਾ ਤਿਲ ਫੁੱਲ ਜੋ ਵੀ ਦਸਵੰਧ ਅਸੀਂ ਦੇ ਸਕਦੇ ਹਾਂ, ਸੇਵਾ ਦੇ ਸਕਦੇ ਹਾਂ। ਹੇਠ ਲਿਖੇ ਜੋ ਅਕਾਊਂਟ ਹਨ ਸਾਡੇ, ਤੁਸੀਂ ਉੱਥੇ ਜਾਓ, ਉੱਥੇ ਤੁਸੀਂ ਬੈਂਕ 'ਚ ਜਮ੍ਹਾਂ ਕਰਾ ਸਕਦੇ ਹਾਂ, ਔਨਲਾਈਨ ਕਰ ਸਕਦੇ ਹਾਂ, ਜਸਟ ਗਿਵਿੰਗ ਦੇ ਅਕਾਊਂਟ 'ਚ ਜਮ੍ਹਾਂ ਕਰਾ ਸਕਦੇ ਹਾਂ। ਆਓ ਆਪਾਂ ਇਸ ਕੁਰਬਾਨੀ ਭਰੇ, ਸੰਘਰਸ਼ ਭਰੇ ਜੀਵਨ ਦੀ, ਜੋ ਅੱਜ ਵੀ ਉਹ ਇੱਕ ਸੰਘਰਸ਼ ਲੜ ਰਹੀ ਆ, ਇਕੱਲੀ ਲੜ ਰਹੀ ਆ, ਆਪਾਂ ਉਹਦੀ ਬਾਂਹ ਫੜੀਏ ਤਾਂ ਆਪਾਂ ਜੋ ਵੀ ਤਿਲ ਫੁੱਲ ਉਸ ਮਾਤਾ ਨੂੰ ਦੇ ਸਕਦੇ ਹਾਂ, ਆਪਾਂ ਸੇਵਾ ਸੰਭਾਲ ਕਰ ਸਕਦੇ ਹਾਂ, ਆਪਣੀ ਮਾਂ ਸਮਝ ਕੇ ਕਰੀਏ। ਮੇਰੀ ਇਹੀ ਸੰਗਤਾਂ ਨੂੰ ਬੇਨਤੀ ਆ, ਸਾਰੇ ਹਮਲਾ ਮਾਰੋ ਜੀ। ਇੰਨਾ ਕੁਛ ਕਹਿੰਦੇ ਹੋਏ ਆਪ ਜੀ ਤੋਂ ਲੈਂਦੇ ਹਾਂ ਇਜਾਜ਼ਤ। ਅਗਲੇ ਹਫ਼ਤੇ ਫਿਰ ਮਿਲਾਂਗੇ ਆਪਣਾ ਅਗਲਾ ਅਪਡੇਟ ਲੈ ਕੇ। ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।